ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਵੀਡੀਓ ਉਹਨਾਂ ਦੇ ਲਈ ਆ ਜਿਹੜੇ ਹਮੇਸ਼ਾ ਇੱਦਾਂ ਹੀ ਕਹਿੰਦੇ ਰਹਿੰਦੇ ਆ ਕਿ ਰੱਬ ਮੇਰੇ ਨਾਲ ਹੀ ਇੱਦਾਂ ਕਿਉਂ ਕਰਦਾ। ਜੇ ਤੁਸੀਂ ਵੀ ਇੱਦਾਂ ਕਹਿੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਸ਼ਾਇਦ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਮਿਲ ਜਾਵੇ। ਕਹਿੰਦੇ ਜਦੋਂ ਬੰਦੇ ਦੇ ਹਾਲਾਤ ਠੀਕ ਹੁੰਦੇ ਆ ਨਾ ਤਾਂ ਰੱਬ ਨਾਲ ਉਹਦੀ ਵਾਹਵਾ ਬਣਦੀ ਆ, ਪਰ ਜਦੋਂ ਹੀ ਹਾਲਾਤ ਥੋੜ੍ਹੇ ਜਿਹੇ ਖਰਾਬ ਹੁੰਦੇ ਆ ਤਾਂ ਉਹ ਰੱਬ ਨਾਲ ਨਾਰਾਜ਼ਗੀ ਜਤਾਉਣ ਲੱਗ ਜਾਂਦਾ। ਅੱਜ ਫੇਰ ਉਵੇਂ ਹੀ ਹੋਇਆ, ਜਦੋਂ ਜਹਿਤ ਨਾਲ ਜ਼ਿੰਦਗੀ ਕੱਟਦਾ ਕੱਟਦਾ ਅੱਜ ਉਹ ਫੇਰ ਹਾਰ ਗਿਆ ਤੇ ਬੈਠਾ ਬੈਠਾ ਰੱਬ ਨੂੰ ਤਾਂਡੇ ਮਾਰਦਾ ਤੇ ਕਹਿੰਦਾ, ਰੱਬਾ ਮੈਂ ਹੀ ਕਿਉਂ, ਮੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ। ਤੂੰ ਤਾਂ ਕਹਿਣਾ ਜੇ ਕੁਛ ਪਾਉਣਾ ਮਿਹਨਤ ਕਰ, ਮੈਂ ਤਾਂ ਰੋਜ਼ ਟੁੱਟ ਟੁੱਟ ਕੇ ਮਰਦਾ। ਮੈਂ ਹੀ ਨਹੀਂ, ਮੇਰੇ ਵਰਗੇ ਲੱਖਾਂ ਨੇ ਜੋ ਤੇਰੇ ਤੋਂ ਆਸਾ ਰੱਖਦੇ ਆ। ਮੈਂ ਤਾਂ ਕਹਿਣਾ ਉਹ ਕਮਲੀ ਨੇ ਜਿਹੜੇ ਉੱਪਰ ਨੂੰ ਮੂੰਹ ਕਰਕੇ ਤੇਰੇ ਵੱਲ ਤੱਕਦੇ ਆ। ਕਹਿੰਦੇ ਦਿਲ ਤੋਂ ਕੀਤੀ ਹਰ ਚੀਜ਼ ਨਾ ਕਿਤੇ ਜਾ ਪਹੁੰਚਦੀ ਆ, ਚਾਹੇ ਦੁਆ ਹੋਵੇ ਚਾਹੇ ਬਾਦਦੁਆ। ਰੱਬ ਨੇ ਉਹਦੇ ਕੋਲ ਜਾਣ ਦਾ ਫੈਸਲਾ ਕੀਤਾ, ਕਿਉਂਕਿ ਕਈ ਵਾਰੀ ਗੱਲਾਂ ਕੋਲੇ ਜਾ ਕੇ ਸਮਝਾਈਆਂ ਜਾ ਸਕਦੀਆਂ। ਹੱਥ ਦੀਆਂ ਲਕੀਰਾਂ ਨੂੰ ਵਾਰ ਵਾਰ ਤੱਕਦਾ ਤੇ ਕਹਿੰਦਾ, ਲੱਗਦਾ ਰੱਬ ਨੇ ਲਕੀਰਾਂ 'ਚ ਹਾਰ ਹੀ ਲਿਖੀ ਆ, ਇਸੇ ਲਈ ਵਾਰ ਵਾਰ ਮੈਂ ਹਾਰ ਹੀ ਝੱਲਦਾ। ਇੱਕ ਆਵਾਜ਼ ਨੇ ਉਹਦਾ ਧਿਆਨ ਲਕੀਰਾਂ ਤੋਂ ਹਟਾ ਕੇ ਆਪਣੇ ਵੱਲ ਕੀਤਾ। ਆਵਾਜ਼ 'ਚ ਥੋੜੀ ਨਰਮਾਈ ਸੀ ਤੇ ਉਹ ਕਹਿ ਰਿਹਾ ਸੀ, ਹਾਰ ਲਕੀਰਾਂ ਤੇ ਤਕਦੀਰਾਂ ਸਿਰ ਤੇ ਨਿਰਭਰ ਨਹੀਂ ਹੈ, ਤੇਰੀਆਂ ਲਕੀਰਾਂ ਕਦੇ ਨਹੀਂ ਹਾਰਦੀਆਂ, ਹਾਰਦੀ ਆ ਤਾਂ ਸਿਰਫ ਤੇਰੀ ਸੋਚ। ਜਿੱਥੇ ਤੂੰ ਕਹਿ ਦਿੰਦਾ ਮੈਂ ਹਾਰ ਗਿਆ ਨਾ, ਉੱਥੇ ਹੀ ਤੇਰੀ ਸੋਚ ਤੈਨੂੰ ਅਪਣਾ ਲੈਂਦੀ ਹੈ। ਕਹਿੰਦਾ ਮੈਂ ਤਾਂ ਹਰ ਕੰਮ ਇਹ ਸੋਚ ਕੇ ਸ਼ੁਰੂ ਕਰਦਾ ਕਿ ਮੈਂ ਇਸ ਕੰਮ ਦੇ ਵਿੱਚ ਕਾਮਯਾਬ ਹੋਊਂਗਾ ਤੇ ਜਿੱਤੂੰਗਾ, ਪਰ ਅੱਧ ਵਿਚਕਾਰ ਜਾ ਕੇ ਹੌਸਲਾ ਕਿਉਂ ਟੁੱਟਦਾ? ਜੋ ਸੁਪਨਾ ਦੇਖਿਆ ਸੀ ਉਹ ਪਿੱਛੇ ਕਾਹਤੋਂ ਛੁੱਟਦਾ? ਇੱਕ ਹਾਸੇ ਦੇ ਨਾਲ ਜਵਾਬ ਆਇਆ, ਕਹਿੰਦਾ ਇਨਸਾਨ ਦੀ ਇਹ ਫਿਤਰਤ ਆ ਕਿ ਪਹਿਲਾਂ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੇ ਕਰਨਾ ਕੀ ਆ, ਇਸ ਕੰਮ ਦੇ ਵਿੱਚ ਉਹਦੀ ਰੂਹ ਲੱਗਦੀ ਆ, ਉਹਨੂੰ ਛੱਡ ਕੇ ਉਹ ਕੰਮ ਕਰਦਾ ਜਿਹਦੇ ਪਿੱਛੇ ਸਾਰੀ ਦੁਨੀਆ ਭੱਜਦੀ ਆ। ਕਹਿੰਦੇ ਆ ਨਾ, ਜਿਸ ਰਾਹ ਤੇ ਸਾਰੇ ਜਾਂਦੇ ਹੋਣ ਉਸ ਰਾਹ ਤੇ ਜਾਣ ਦਾ ਦਿਲ ਬੰਦੇ ਦਾ ਬਹੁਤ ਕਰਦਾ, ਤੇ ਜਿਹੜਾ ਰਾਹ ਖਾਲੀ ਹੋਵੇ ਉਹਦੇ ਤੇ ਉਹ ਜਾਣੋ ਹਮੇਸ਼ਾ ਡਰਦਾ। ਕਹਿੰਦਾ ਹੱਲ ਕੀ ਆ? ਹੌਸਲਾ ਵਾਰ ਵਾਰ ਨਾ ਟੁੱਟੇ, ਕੋਈ ਇਹੋ ਜਿਹੀ ਚੀਜ਼ ਅੰਦਰ ਹੋਵੇ ਕਿ ਸਫ਼ਰ ਮੰਜ਼ਿਲ ਤੇ ਜਾ ਕੇ ਮੁੱਕੇ। ਕਈ ਵਾਰ ਸਾਰੇ ਸਵਾਲਾਂ ਦਾ ਜਵਾਬ ਕਿਤੋਂ ਹੋਰ ਨਹੀਂ ਮਿਲਦਾ, ਬਸ ਇਸੇ ਲਈ ਕੁੰਡਾ ਖੜਕਾਉਣਾ ਪੈਂਦਾ ਦਿਲ ਦਾ। ਕਹਿੰਦਾ ਮੰਜ਼ਿਲ ਵੱਲ ਰਾਹ ਜਾਂਦੇ ਆ ਨਾ ਜਿਹੜੇ, ਉਹ ਤੇ ਧੱਕੇ ਤਾਂ ਵੱਜਣਗੇ, ਜਿੰਨੇ ਤੇਰੇ ਕੋਲ ਸਵਾਲ ਨੇ ਨਾ ਇਹਨਾਂ ਸਾਰਿਆਂ ਦੇ ਜਵਾਬ ਤੇਰੇ ਅੰਦਰੋਂ ਹੀ ਲੱਭਣਗੇ। ਖਿਆਲ ਬੰਦੇ ਨੂੰ ਬਹੁਤ ਦੂਰ ਲੈ ਜਾਂਦੇ ਆ। ਅੱਜ ਉਹਨੇ ਰੱਬ ਦੇ ਤਕਦੀਰ ਨੂੰ ਤਾਨੇ ਮਾਰਦੇ ਮਾਰਦੇ ਇੱਕ ਗੱਲ ਨੂੰ ਤਾਂ ਸਿੱਖ ਲਿਆ। ਕਹਿੰਦਾ ਬੰਦਾ ਉੱਥੇ ਪਹੁੰਚ ਹੀ ਜਾਂਦਾ ਜਿਹੜੀ ਗੱਲ ਨੂੰ ਉਹਨੇ ਮਿੱਥ ਲਿਆ। ਰਾਹ ਜਾਂਦੇ ਜਾਂਦੇ ਬੰਦਾ ਡਿੱਗਦਾ ਤਾਂ ਹੁੰਦਾ ਹੀ ਆ, ਕਿਉਂਕਿ ਡਿੱਗਣਾ ਵੀ ਜ਼ਰੂਰੀ ਆ। ਜਦੋਂ ਕਿਤੇ ਪਹੁੰਚ ਗਏ ਤਾਂ ਇਹ ਸੱਟਾਂ ਦੇ ਨਿਸ਼ਾਨ ਹੀ ਦੱਸਣਗੇ ਕਿ ਸਫ਼ਰ ਦੀਆਂ ਯਾਦਾਂ ਕੀ ਕਹਿੰਦੀਆਂ ਨੇ। ਵਿੱਕੀ ਸਿਆਂ ਲਿਖ ਤੂੰ ਐਸਾ ਕੁਛ, ਬੰਦਾ ਆਪਣੇ ਆਪ ਤੋਂ ਜਿੱਤ ਜਾਵੇ। ਕੋਈ ਐਸੀ ਅੱਗ ਲਾਸੀਨੇ ਵਿੱਚ ਭਾਂਬੜ ਮੱਚਦਾ ਦੂਰੋਂ ਦਿਖ ਜਾਵੇ, ਕੋਈ ਐਸੀ ਅੱਗ ਲਾਸੀਨੇ ਵਿੱਚ ਭਾਂਬੜ ਮੱਚਦਾ ਦੂਰੋਂ ਦਿਖ ਜਾਵੇ। ਜਿੰਨਾ ਟਾਈਮ ਆਪਾਂ ਆਪਣੀ ਸੋਚ ਨੂੰ ਸਹੀ ਨਹੀਂ ਕਰਦੇ, ਆਪਾਂ ਉੱਠ ਕੇ ਕਿਤੇ ਤੁਰਦੇ ਨਹੀਂ ਹੈਗੇ ਹਨ, ਉਹਨਾਂ ਟਾਈਮ ਰੱਬ ਤੇ ਤਕਦੀਰ ਨੂੰ ਹੀ ਦੋਸ਼ ਦੇਈ ਜਾਵਾਂਗੇ। ਇੱਕ ਗੱਲ ਆ ਜੀ, ਰੱਬ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਾਹੁੰਦਾ ਹੁੰਦਾ, ਜੇ ਬੰਦਾ ਆਪ ਮਿਹਨਤ ਕਰੂਗਾ ਨਾ, ਆਪਣੀ ਸੋਚ ਨੂੰ ਸਿੱਧਾ ਰੱਖੂਗਾ। ਰਾਹਾਂ ਤੇ ਜਾਂਦੇ ਜਾਂਦੇ ਧੱਕੇ ਤਾਂ ਵੱਜਦੇ ਹੀ ਨੇ ਹਨ ਤੇ ਸੱਟਾਂ ਵੀ ਵੱਜਣਗੀਆਂ। ਤੁਸੀਂ ਕਦੇ ਇਹ ਨਾ ਸੋਚਿਓ ਕਿ ਤੁਸੀਂ ਹਾਰ ਗਏ ਹੋ, ਕਿਉਂਕਿ ਬੰਦਾ ਹਾਰਦਾ ਨਹੀਂ ਕਦੇ, ਬੰਦਾ ਹਮੇਸ਼ਾ ਸਿੱਖਦਾ ਹੀ ਆ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ, ਹੈ ਨਾ, ਜਿੱਥੇ ਜਿੱਥੇ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਪਹੁੰਚਾ ਦਿਓ। ਇੰਸਟਾਗ੍ਰਾਮ 'ਤੇ ਕਰਿਓ ਫੋਲੋ ਜੀ ਸਾਰੇ ਆਪਾਂ, ਅਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਇੱਦਾਂ ਦੀਆਂ ਹੋਰ ਵੀਡੀਓ ਦੇਖੋ।